ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਪ੍ਰਾਣਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣਾ ਹੈ, ਕਰੁਣਾਮੈ ਸਭ ਦੁੱਖ ਹਰੋ। ਸਮੂਹ ਸੰਸਾਰ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਵੀਰੋ, ਭੈਣੋ ਭਰਾਵੋ, ਅੱਜ ਪੂਰੀ ਮਨੁੱਖ ਜਾਤੀ ਕਰੋਨਾ ਵਾਇਰਸ ਦੇ ਡੂੰਘੇ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਇਹਦੇ ਕਈ ਕਾਰਨ ਹੋ ਸਕਦੇ ਹੈ, ਇਹਨਾਂ 'ਤੇ ਚਰਚਾ ਹੋ ਰਹੀ ਹੈ, ਸ਼ਾਇਦ ਲੰਬੇ ਸਮੇਂ ਤੱਕ ਹੁੰਦੀ ਵੀ ਰਹੇਗੀ। ਸੰਕਟ ਆਇਆ, ਲੰਘ ਵੀ ਜਾਵੇਗਾ, ਪਰ ਇਸ ਸੰਕਟ ਦੇ ਹੱਲ ਲਈ ਮਨੁੱਖ ਜਾਤੀ ਦੁਆਰਾ ਲਏ ਜਾਣ ਵਾਲੇ ਫੈਸਲੇ ਕੇਵਲ ਦੁਨੀਆ ਦੇ ਸਿਹਤ ਸੰਭਾਲ ਦੇ ਢੰਗ ਤਰੀਕਿਆਂ ਨੂੰ ਨਹੀਂ, ਸਗੋਂ ਸੰਸਾਰ ਦੀ ਸੋਚ ਵਿਚਾਰ, ਸਮਾਜਿਕ ਰਹਿਣ ਸਹਿਣ, ਕੰਮ ਕਰਨ ਦੇ ਢੰਗਾਂ, ਆਰਥਿਕਤਾ, ਰਾਜਨੀਤੀ ਆਦਿ ਸਭ ਕਾਸੇ ਨੂੰ ਮੁੱਢੋਂ ਹੀ ਤਬਦੀਲ ਕਰਕੇ ਰੱਖ ਦੇਣਗੇ, ਅਜਿਹੀ ਸੰਭਾਵਨਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੱਖ ਵੱਖ ਮੁਲਕਾਂ ਦੁਆਰਾ ਕੀਤੇ ਜਾ ਰਹੇ ਲੋਕਡਾਊਨ ਵੀ ਬੇਹੱਦ ਜ਼ਰੂਰੀ ਹਨ, ਪਰ ਸਮੁੱਚੀ ਮਨੁੱਖ ਜਾਤੀ ਲਈ ਖਤਰਾ ਬਣੀ ਇਸ ਆਫਤ ਦਾ ਮੁਕਾਬਲਾ ਤਾਂ ਸਭ ਨੂੰ ਰਲ ਕੇ ਹੀ ਕਰਨਾ ਹੋਵੇਗਾ। ਅਮੀਰ ਮੁਲਕ ਕੇਵਲ ਆਪਣੇ ਹੀ ਬਚਾਅ ਬਾਰੇ ਸੋਚ ਕੇ ਗਰੀਬ ਮੁਲਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਣਗੇ, ਕਿਉਂਕਿ ਜਿੰਨੀ ਦੇਰ ਤੱਕ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਕੋਰੋਨਾ ਵਾਇਰਸ ਦਾ ਇੱਕ ਵੀ ਕੇਸ ਮੌਜੂਦ ਹੈ, ਉਨੀ ਦੇਰ ਤੱਕ ਦੁਨੀਆ ਦੇ ਸਾਰੇ ਮੁਲਕ ਖਤਰੇ ਦੇ ਨਾਲ ਜਾਂ ਖਤਰੇ ਦੇ ਬੱਦਲ ਇਹਨਾਂ ਮੁਲਕਾਂ 'ਤੇ ਮੰਡਰਾਉਂਦੇ ਰਹਿਣਗੇ। ਸਰਹੱਦਾਂ ਦੀ ਪਰਵਾਹ ਕੇਵਲ ਮਨੁੱਖਾਂ ਨੂੰ ਹੈ, ਵਾਇਰਸਾਂ ਨੂੰ ਨਹੀਂ। ਜੇਕਰ ਸਾਧਨ ਸੰਪੰਨ ਲੋਕਾਂ ਅਤੇ ਮੁਲਕਾਂ ਨੇ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਉਹਨਾਂ ਨੂੰ ਸਾਧਨ ਵਿਹੂਣੇ ਲੋਕਾਂ ਅਤੇ ਮੁਲਕਾਂ ਨੂੰ ਵੀ ਨਾਲ ਬਚਾਉਣਾ ਹੋਵੇਗਾ। ਦੁਨੀਆ ਭਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹੋਣਗੀਆਂ ਜਿੱਥੇ ਲੋਕਾਂ ਕੋਲ ਹੱਥ ਧੋਣ ਲਈ ਸਾਬਣ ਨਹੀਂ ਹੋਵੇਗਾ, ਬਿਮਾਰਾਂ ਲਈ ਹਸਪਤਾਲਾਂ ਦੀ ਕਮੀ ਹੋਏਗੀ, ਬੱਚਿਆਂ ਲਈ ਲੋੜਾਂ ਦਾ ਭੋਜਨ ਨਹੀਂ ਹੋਵੇਗਾ, ਆਪਣੇ ਆਪ ਨੂੰ ਸੰਭਾਲਣ ਦੀ ਸੋਝੀ ਵੀ ਨਹੀਂ ਹੋਏਗੀ, ਗੱਲ ਕਿ ਕਿਸੇ ਵੀ ਬਿਮਾਰੀ ਦੇ ਨਾਲ ਲੜਨ ਦੀ ਸ਼ਕਤੀ ਹੀ ਨਹੀਂ ਹੋਵੇਗੀ। ਜੇਕਰ ਅਸੀਂ ਇਹਨਾਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਅਮੀਰ ਲੋਕਾਂ ਨੂੰ ਜਾਂ ਅਮੀਰ ਮੁਲਕਾਂ ਨੂੰ ਕੇਵਲ ਆਪਣੇ ਵਿੱਚ ਹੀ ਨਹੀਂ, ਸਗੋਂ ਸਾਰੀ ਦੁਨੀਆ ਦੇ ਲੋਕਾਂ ਵਿੱਚ ਹੀ ਇਹਨਾਂ ਕੋਰੋਨਾ ਵਾਇਰਸ ਵਰਗੀਆਂ ਬਿਮਾਰੀਆਂ ਦੇ ਵਿਰੁੱਧ ਲੜਨ ਦੀ ਸ਼ਕਤੀ ਪੈਦਾ ਕਰਨੀ ਪਵੇਗੀ। ਜਿੰਨੀ ਦੇਰ ਤੱਕ ਦੁਨੀਆ ਅੰਦਰ ਬਿਮਾਰੀ ਵਿਰੁੱਧ ਲੜਨ ਵਿੱਚ ਅਸਮਰੱਥਾ ਅਤੇ ਸਾਧਨ ਵਿਹੂਣੇ ਲੋਕ ਮੌਜੂਦ ਹੈ, ਉਨੀ ਦੇਰ ਤੱਕ ਦੁਨੀਆ ਵਿੱਚ ਕੋਰੋਨਾ ਵਾਇਰਸ ਜਾਂ ਭਵਿੱਖ ਵਿੱਚ ਪੈਦਾ ਹੋਣ ਵਾਲੇ ਇਸ ਵਰਗੇ ਹੋਰ ਖਤਰਨਾਕ ਵਾਇਰਸ ਵੀ ਖਤਮ ਨਹੀਂ ਹੋਣਗੇ। ਜੇਕਰ ਅਮੀਰ ਲੋਕ ਅਤੇ ਅਮੀਰ ਮੁਲਕ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਆਪਣੇ ਨਿੱਜ ਤੋਂ ਪਾਰ ਜਾ ਕੇ ਸਰਬੱਤ ਦੇ ਭਲੇ ਲਈ ਸੋਚਣਾ ਪਵੇਗਾ। ਮਹਾਂਮਾਰੀ ਅਤੇ ਉਸ ਵਿੱਚੋਂ ਉਤਪੰਨ ਹੋਣ ਵਾਲਾ ਆਰਥਿਕ ਸੰਕਟ ਦੋਵੇਂ ਹੀ ਵਿਸ਼ਵ ਵਿਆਪੀ ਸੰਕਟ ਹਨ, ਇਸ ਲਈ ਇਹਨਾਂ ਦੇ ਹੱਲ ਵੀ ਵਿਸ਼ਵ ਵਿਆਪੀ ਸੋਚ ਦੇ ਨਾਲ ਹੀ ਹੋਣਗੇ ਅਤੇ ਮੁਲਕਾਂ ਦੇ ਆਪਸੀ ਵਿਸ਼ਵਾਸ ਅਤੇ ਸਹਿਯੋਗ ਰਾਹੀਂ ਸੰਭਵ ਹੈ। ਮਨੁੱਖੀ ਸੋਚ ਕੀ ਹੈ? ਅਮਰੀਕਾ ਮਹਾਨ ਹੈ, ਰੂਸ ਮਹਾਨ ਹੈ, ਚੀਨ ਮਹਾਨ ਹੈ, ਭਾਰਤ ਮਹਾਨ ਹੈ, ਇਹ ਨਾਰੇ ਵੱਜਦੇ ਰਹਿੰਦੇ ਆ। ਸਭ ਮਹਾਨ ਹੈ, ਪਰ ਇਹਨਾਂ ਸਾਰਿਆਂ ਤੋਂ ਮਹਾਨ ਹੈ ਮਨੁੱਖਤਾ। ਜੇਕਰ ਮਨੁੱਖਤਾ ਦਾ ਭਵਿੱਖ ਸੁਰੱਖਿਅਤ ਹੈ ਤਾਂ ਹੀ ਇਹਨਾਂ ਦੀ ਮਹਾਨਤਾ ਸੁਰੱਖਿਅਤ ਰਹੇਗੀ। ਇਸ ਸੰਕਟ ਦੀ ਘੜੀ ਦੇ ਵਿੱਚ ਕੋਰੋਨਾ ਵਾਇਰਸ ਵਰਗੇ ਵਾਇਰਸਾਂ ਦੇ ਫੈਲਾਅ ਨੂੰ ਰੋਕਣ ਲਈ ਜਿੱਥੇ ਮੁਲਕਾਂ ਦੀ ਵੱਖੋ ਵੱਖਰੀ ਹੋਂਦ ਪ੍ਰਸੰਗਕ ਹੋ ਸਕਦੀ ਹੈ, ਉੱਥੇ ਉਸ ਤੋਂ ਵੀ ਕਿਤੇ ਵੱਧ ਜ਼ਰੂਰੀ ਹੈ ਮੁਲਕਾਂ ਦਾ ਆਪਸੀ ਸਹਿਯੋਗ ਅਤੇ ਸਾਂਝੀ ਕਾਰਜ ਯੁਕਤੀ। ਉਂਝ ਤਾਂ ਅਸੀਂ ਉਦੋਂ ਹੀ ਜਾਗਦੇ ਹਾਂ ਜਦੋਂ ਮੁਸੀਬਤ ਸਿਰ 'ਤੇ ਪੈਂਦੀ ਹੈ। ਆਟਮੀ ਜੰਗ, ਵਾਤਾਵਰਨ ਦੀ ਤਬਦੀਲੀ, ਦਹਿਸ਼ਤਗਰਦੀ, ਜਿਹਨੇ ਹੁਣੇ ਹੁਣੇ ਅਫਗਾਨਿਸਤਾਨ ਦੇ ਵਿੱਚ ਸਾਡੇ ਕਈ ਸਿੱਖ ਭਰਾਵਾਂ ਨੂੰ, ਬੱਚਿਆਂ ਨੂੰ
ਔਰ ਇਸਤਰੀਆਂ ਨੂੰ ਨਿਗਲਿਆ, ਬੇਰੁਜ਼ਗਾਰੀ, ਨਾ ਬਰਾਬਰੀ, ਅਸਹਿਣਸ਼ੀਲਤਾ ਆਦਿ ਅਜਿਹੇ ਹੋਰ ਵੀ ਮਸਲੇ ਹਨ ਜਿਹੜੇ ਸਾਡੇ ਸਿਰਾਂ 'ਤੇ ਮੰਡਰਾ ਰਹੇ ਆ। ਅਤੇ ਇਹ ਸਾਰੇ ਕੇਵਲ ਮਨੁੱਖੀ ਸਮਾਜ ਦੇ ਆਪਸੀ ਸਹਿਯੋਗ ਅਤੇ ਸਾਂਝੀ ਕਾਰਜ ਯੁਗਤ ਰਾਹੀਂ ਹੀ ਹੱਲ ਹੋ ਸਕਦੇ ਆ। ਗੁਰੂ ਸਵਾਰਿਓ, ਕੋਰੋਨਾ ਵਾਇਰਸ ਦਾ ਇੱਕ ਚੇਤਾਵਨੀ ਹੈ ਕਿ ਅਸੀਂ ਆਪਣੇ ਰਾਸ਼ਟਰੀ ਹਿੱਤਾਂ ਤੋਂ ਪਾਰ ਜਾ ਕੇ ਸਰਬੱਤ ਦੇ ਭਲੇ ਬਾਰੇ ਸੋਚੀਏ, ਸਰਬ ਸਾਂਝੀ ਵਾਲਤਾ ਦਾ ਮਾਹੌਲ ਸਿਰਜੀਏ, ਮੁਲਕਾਂ ਦੀ ਆਜ਼ਾਦੀ ਅਤੇ ਮੁਲਕਾਂ ਦੀ ਏਕਤਾ ਵਿੱਚ ਇੱਕ ਉਸਾਰੂ ਅਤੇ ਵਿਕਾਸਮਈ ਸੰਤੁਲਨ ਬਣਾ ਕੇ ਚੱਲੀਏ। ਇਹ ਬਿਮਾਰੀਆਂ ਭਵਿੱਖ ਵਿੱਚ ਪ੍ਰਗਟ ਹੋਣ ਵਾਲੀਆਂ, ਜੇ ਅਸੀਂ ਹੋਰ ਆਫਤਾਂ ਖਤਮ ਕਰਨੀ ਹੈ ਤਾਂ ਵਪਾਰਕ ਜੰਗ ਭਾਵ ਟ੍ਰੇਡ ਵਾਰ ਵੀ ਖਤਮ ਕਰਨੀ ਪਵੇਗੀ। ਉਸਾਰੂ ਮੁਕਾਬਲਾ ਹੋਰ ਗੱਲ ਹੈ, ਸਹਿਯੋਗ ਅਤੇ ਪ੍ਰਤੀਯੋਗ ਦੇ ਦੋਵੇਂ ਨਾਲ ਨਾਲ ਚੱਲਦੇ ਹੈ। ਆਜ਼ਾਦੀ ਅਤੇ ਬਰਾਬਰੀ ਦੀ ਤਰਕ ਸ਼ਾਸਤਰ ਵਾਂਗ ਮੁਕਾਬਲੇ ਅਤੇ ਸਹਿਯੋਗ ਦਾ ਤਰਕ ਸ਼ਾਸਤਰ ਵੀ ਜ਼ਰੂਰੀ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਕੇਵਲ ਮੁਲਕਾਂ ਵਿੱਚ ਹੀ ਨਹੀਂ ਸਗੋਂ ਸੂਬਿਆਂ, ਸ਼ਹਿਰਾਂ, ਘਰਾਂ ਵਿੱਚ ਵੀ ਦੂਰੀ ਬਣਾ ਕੇ ਰੱਖਣ ਦੇ ਲਈ ਅੱਜ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਔਰ ਜ਼ਰੂਰੀ ਵੀ ਸਮਝਿਆ ਜਾ ਰਿਹਾ। ਫਿਰ ਦੂਰੀਆਂ ਦੇ ਇਸ ਮਾਹੌਲ ਦੇ ਵਿੱਚ ਸਰਬ ਸਾਂਝੀ ਵਾਲਤਾ ਅਤੇ ਮਾਨਵੀ ਏਕਤਾ ਦਾ ਮਾਹੌਲ ਕਿਵੇਂ ਸਿਰਜਣਾ, ਇਸ ਮਸਲੇ ਨੂੰ ਸਮਝਣ ਲਈ ਕੇਵਲ ਇੰਨਾ ਜਾਣ ਲੈਣਾ ਹੀ ਬਹੁਤ ਜ਼ਰੂਰੀ ਹੈ ਕਿ ਸਰੀਰਾਂ ਦੀ ਦੂਰੀ ਸਮਾਜਿਕ ਦੂਰੀ ਨਹੀਂ ਹੁੰਦੀ। ਵਰਤਮਾਨ ਸਮੇਂ ਵਿੱਚ ਆਨਲਾਈਨ ਡਿਜੀਟਲ ਨੈਟਵਰਕਿੰਗ ਨੇ ਤਾਂ ਸਰੀਰਾਂ, ਘਰਾਂ ਅਤੇ ਮੁਲਕਾਂ ਦੀ ਇਸ ਦੂਰੀ ਨੂੰ ਸਮਾਜਿਕ ਮਿਲਵਰਤਨ, ਆਪਸੀ ਸਹਿਯੋਗ ਅਤੇ ਸਰਬ ਸਾਂਝੀ ਵਾਲਤਾ ਵਿੱਚ ਰੂਪਮਾਨ ਕਰਨ ਲਈ ਬਹੁਤ ਸੌਖਿਆਂ ਕਰ ਦਿੱਤਾ ਹੈ। ਇਸ ਟੈਕਨੋਲੋਜੀ ਨੇ ਕੇਵਲ ਨਵ ਉਦਾਰਵਾਦੀ ਭਾਵ ਨਵੀਂ ਖੁੱਲ੍ਹੀ ਸੋਚ ਨੇ ਵਿਸ਼ਵ ਸਰਮਾਏ ਨੂੰ ਹੀ ਪੈਦਾ ਨਹੀਂ ਕੀਤਾ, ਸਗੋਂ ਵਿਸ਼ਵ ਭਾਈਚਾਰਾ ਵੀ ਇਸ ਟੈਕਨੋਲੋਜੀ ਰਾਹੀਂ ਹੋਸ਼ ਸੰਭਾਲ ਰਿਹਾ। ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਖਿੰਡੇ ਹੋਏ ਸਿੱਖਾਂ ਨੂੰ ਵਿਸ਼ਵ ਵਿਆਪੀ ਕੌਮ ਵਿੱਚ ਸੰਗਠਿਤ ਕਰਨ ਦਾ ਸਿਹਰਾ ਵੀ ਇਸ ਆਨਲਾਈਨ ਡਿਜੀਟਲ ਨੈਟਵਰਕਿੰਗ ਦੀਆਂ ਵਿਸ਼ਵ ਵਿਆਪੀ ਸਹੂਲਤਾਂ ਨੂੰ ਜਾਂਦਾ ਹੈ। ਇਸ ਸਾਧਨ ਰਾਹੀਂ ਅਸੀਂ ਵੱਖ ਵੱਖ ਮੁਲਕਾਂ ਅਤੇ ਸੂਬਿਆਂ ਵਿੱਚ ਬੈਠੇ ਸਿੱਖ ਆਪਣੇ ਆਪ ਨੂੰ ਇੱਕ ਵਿਸ਼ਵ ਵਿਆਪੀ ਕੌਮ ਦੇ ਰੂਪ ਵਿੱਚ ਅਨੁਭਵ ਕਰ ਰਹੇ ਹਾਂ। ਜਿਵੇਂ ਰੇਲਗੱਡੀ, ਡਾਕਖਾਨਾ, ਪ੍ਰਿੰਟ ਮੀਡੀਆ ਨੇ ਕਿਸੇ ਸਮੇਂ ਆਧੁਨਿਕ ਭਾਰਤੀ ਕੌਮ ਦਾ ਨਿਰਮਾਣ ਕੀਤਾ ਸੀ, ਇਸੇ ਤਰ੍ਹਾਂ ਅੱਜ ਵੀ ਹਵਾਈ ਯਾਤਰਾ, ਗਲੋਬਲ ਬੈਂਕਿੰਗ ਅਤੇ ਡਿਜੀਟਲ ਮੀਡੀਆ ਨੈਟਵਰਕਿੰਗ ਵਿਸ਼ਵ ਵਿਆਪੀ ਸਿੱਖ ਕੌਮ ਦਾ ਵਿਕਾਸ ਕਰ ਰਹੇ ਹਨ। ਵਿਸ਼ਵ ਸਰਮਾਏ ਦੀ ਪ੍ਰਫੁੱਲਤਾ ਲਈ ਜੋ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਕੰਮ ਕਰ ਰਹੀਆਂ, ਵਿਸ਼ਵ ਭਾਈਚਾਰੇ ਜਾਂ ਮਨੁੱਖਤਾ ਦੇ ਵਿਕਾਸ ਲਈ ਉਹ ਕੰਮ ਹੁਣ ਵਿਸ਼ਵ ਵਿਆਪੀ ਕੌਮਾਂ ਦੇ ਜ਼ਿੰਮੇ ਆ ਚੁੱਕਾ ਹੈ। ਕਿਉਂਕਿ ਵਿਸ਼ਵ ਵਿਆਪੀ ਕੌਮਾਂ ਕਿਸੇ ਇੱਕ ਮੁਲਕ ਵਿੱਚ ਨਹੀਂ ਸਗੋਂ ਅਨੇਕਾਂ ਮੁਲਕਾਂ ਵਿੱਚ ਸਥਿਤ ਹੁੰਦੀਆਂ, ਜਿਵੇਂ ਕਿ ਸਾਡੀ ਸਿੱਖ ਕੌਮ। ਅਸੀਂ ਰਾਸ਼ਟਰਵਾਦ ਨੂੰ ਨਿੰਦਣ ਦੀ ਕੋਈ ਲੋੜ ਨਹੀਂ ਸਮਝਦੇ, ਪਰ ਇਹ ਬਿਲਕੁਲ ਦਰੁਸਤ ਹੈ ਕਿ ਮਾਨਵ ਜਾਤੀ ਨੂੰ ਦਰਪੇਸ਼ ਵਿਸ਼ਵ ਵਿਆਪੀ ਸਮੱਸਿਆਵਾਂ ਦੇ ਹੱਲ ਲਈ ਰਾਸ਼ਟਰਵਾਦ ਕੋਈ ਸਹੀ ਢਾਂਚਾ ਨਹੀਂ ਹੈ। ਅੱਜ ਅਸੀਂ ਸੰਸਾਰ ਪੱਧਰੀ ਵਿਗਿਆਨਕ ਹਾਲਤਾਂ, ਵਿਸ਼ਵ ਆਰਥਿਕਤਾ, ਵਿਸ਼ਵ ਟੈਕਨੋਲੋਜੀ, ਵਿਸ਼ਵ ਮੀਡੀਆ ਅਤੇ ਵਿਸ਼ਵ ਪੱਧਰੀ ਅੰਕੜਿਆਂ ਦੇ ਉਸ ਯੁੱਗ ਵਿੱਚ ਰਹਿ ਰਹੇ ਹਾਂ ਜਿਹੜਾ ਰਾਸ਼ਟਰਵਾਦ ਦੀ ਦਲਦਲ ਦੇ ਵਿੱਚ ਡੁੱਬਦਾ ਜਾ ਰਿਹਾ। ਹੁਣ ਸਾਡੇ ਸਾਹਮਣੇ ਦੋ ਰਸਤੇ ਹੈ, ਜਾਂ ਤਾਂ ਅਸੀਂ ਆਪਣੀਆਂ ਵਿਗਿਆਨਕ ਪ੍ਰਾਪਤੀਆਂ, ਆਰਥਿਕਤਾ ਅਤੇ ਸਾਇੰਸ ਟੈਕਨੋਲੋਜੀ ਨੂੰ ਵਿਸ਼ਵ ਪੱਧਰੀ ਸੋਚ ਤੋਂ ਦੂਰ ਕਰ ਲਈਏ, ਅਤੇ ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਕੇਵਲ ਇੱਕ ਹੀ ਰਸਤਾ ਫਿਰ ਬਚ ਜਾਂਦਾ ਹੈ ਕਿ ਅਸੀਂ ਆਪਣੀ ਕੌਮੀ ਸਿਆਸਤ ਨੂੰ ਵੀ ਵਿਸ਼ਵ ਪੱਧਰੀ ਕਰ ਲਈਏ। ਜੇਕਰ ਵਿਸ਼ਵ ਪੱਧਰੀ ਸਿਆਸਤ ਦਾ ਅਰਥ ਵਿਸ਼ਵ ਪੱਧਰੀ ਸਰਕਾਰ ਨਹੀਂ ਹੈ ਤਾਂ ਫਿਰ ਕੌਮੀ ਸਰਕਾਰਾਂ ਨੂੰ ਬਿਨਾਂ ਕਿਸੇ ਇੱਕ, ਦੋ ਜਾਂ ਤਿੰਨ ਧਿਰਾਂ ਦੀ ਸਰਦਾਰੀ ਦੇ ਜਾਂ ਚੌਧਰ ਦੇ ਕਿਵੇਂ ਵਿਸ਼ਵ ਵਿਆਪੀ ਕੀਤਾ ਜਾਵੇ? ਇਹ ਸਾਡੇ ਸਮਿਆਂ ਦਾ ਬਹੁਤ ਅਹਿਮ ਅਤੇ ਵੱਡਾ ਸਵਾਲ ਹੈ। ਖਾਲਸਾ ਜੀ, ਵਿਸ਼ਵ ਸੰਕਟ ਅੱਜ ਉਸੇ ਸੰਕਟ ਵਿੱਚੋਂ ਲੰਘ ਰਿਹਾ ਹੈ ਜਿਸ ਸੰਕਟ ਵਿੱਚ ਸਿੱਖ ਸਮਾਜ ਚਿਰਾਂ ਤੋਂ ਫਸਿਆ ਹੋਇਆ। ਜੇਕਰ ਅਸੀਂ ਸਿੱਖ ਸੰਕਟ ਦਾ ਹੱਲ ਲੱਭੀਏ
ਤਾਂ ਵਿਸ਼ਵ ਸੰਕਟ ਦਾ ਹੱਲ ਵੀ ਮਿਲ ਸਕਦਾ। ਇਉਂ ਸਿੱਖ ਸਮਾਜ ਵਿਸ਼ਵ ਸੰਕਟ ਦੇ ਹੱਲ ਲਈ ਦੀ ਪ੍ਰਯੋਗਸ਼ਾਲਾ ਬਣ ਸਕਦਾ। ਸਿੱਖ ਸਮਾਜ ਨੂੰ ਅਸੀਂ ਗੁਰਦੁਆਰਿਆਂ ਦੀ ਸਰਬ ਸਾਂਝੀ ਖੁੱਲ੍ਹਤਾ ਵਾਲੀ ਗਤੀਸ਼ੀਲ ਅਤੇ ਵਿਕਾਸਮਈ ਨੈੱਟਵਰਕਿੰਗ ਦੇ ਰੂਪ ਵਿੱਚ ਵੇਖ ਜਾਂ ਚਿਤਵ ਸਕਦੇ ਹਾਂ, ਪਰ ਅਜਿਹਾ ਕਰਨ ਲਈ ਗੁਰਦੁਆਰੇ ਨੂੰ ਕੇਵਲ ਸੰਸਥਾ ਦੇ ਰੂਪ ਦੇ ਵਿੱਚ ਨਹੀਂ ਸਗੋਂ ਵਾਤਾਵਰਨ ਜਾਂ ਹਾਲਾਤ ਆਧਾਰਿਤ ਪ੍ਰਬੰਧ ਦੇ ਰੂਪ ਦੇ ਵਿੱਚ ਸਮਝਣਾ ਹੋਵੇਗਾ, ਜਿੱਥੇ ਗੁਰਦੁਆਰੇ ਅਤੇ ਉਸ ਨਾਲ ਜੁੜੀ ਸਿੱਖ ਸੰਗਤ ਅਤੇ ਉਸ ਦੀਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀਆਂ ਪਰੰਪਰਾਵਾਂ ਸਮੇਂ ਅਨੁਸਾਰ ਲੋੜੀਂਦੇ ਪ੍ਰਬੰਧ ਨੂੰ ਸਿਰਜਦੀਆਂ। ਬਹੁਤ ਸੱਭਿਆਚਾਰਕ ਖਿੱਤਿਆਂ, ਪੱਤੀਆਂ, ਮਹੱਲਿਆਂ, ਭਾਈਚਾਰਿਆਂ, ਸੰਪਰਦਾਵਾਂ, ਪਿੰਡਾਂ, ਸਥਾਨਕ ਸਰਕਾਰਾਂ, ਮੂਲ ਸਰੋਤਾਂ, ਕੌਮੀ ਰਾਜਾਂ ਆਦਿ ਵਿੱਚ ਸੰਗਠਿਤ ਇਹਨਾਂ ਗੁਰਦੁਆਰਿਆਂ ਦੀ ਵਿਸ਼ਵ ਪੱਧਰੀ ਨੈੱਟਵਰਕਿੰਗ ਹੀ ਸਿੱਖ ਸਮਾਜ ਅਤੇ ਸਿੱਖ ਪੰਥ ਦਾ ਨਿਰਮਾਣ ਕਰਨ ਦੇ ਸਮਰੱਥ ਬਣ ਸਕਦੀ ਹੈ। ਇਸ ਤਰ੍ਹਾਂ ਸਿੱਖ ਸਮਾਜ ਅਤੇ ਸਿੱਖ ਪੰਥ ਦੇ ਨਿਰਮਾਣ ਵਿੱਚ ਕੌਮੀ ਰਾਜ ਅਤੇ ਵਿਸ਼ਵੀਕਰਨ ਮੁਕਾਬਲੇ ਵਾਲੇ ਨਹੀਂ ਸਗੋਂ ਸਹਿਯੋਗੀ ਰੋਲ ਅਦਾ ਕਰ ਸਕਦੇ ਔਰ ਕਰਦੇ ਹੈ। ਜਦੋਂ ਇਸ ਗੱਲ ਨੂੰ ਥੋੜ੍ਹਾ ਵਿਸਥਾਰ ਦੇ ਕੇ ਦੇਖਦੇ ਹਾਂ ਤਾਂ ਸਾਨੂੰ ਸਮਝ ਪੈ ਸਕਦੀ ਹੈ ਕਿ ਵਿਸ਼ਵੀਕਰਨ ਭਾਵ ਵਿਸ਼ਵ ਸੱਤਾ ਅਤੇ ਕੌਮੀ ਰਾਜਾਂ ਨੂੰ ਇੱਕ ਦੂਸਰੇ ਦੇ ਵਿਰੋਧ ਵਿੱਚ ਖੜ੍ਹੇ ਕਰਕੇ ਵੇਖਣਾ ਹੀ ਗਲਤ ਸੀ। ਵਿਸ਼ਵ ਪੱਧਰੀ ਵਪਾਰਕ ਕਾਰਪੋਰੇਸ਼ਨਾਂ ਤੋਂ ਬਾਅਦ ਵਿਸ਼ਵ ਵਿਆਪੀ ਭਾਈਚਾਰਿਆਂ ਦੀ ਸਰਬ ਸਾਂਝੀ ਖੁੱਲ੍ਹਤਾ ਵਾਲੀ ਗਤੀਸ਼ੀਲ ਅਤੇ ਵਿਕਾਸਮਈ ਨੈੱਟਵਰਕਿੰਗ ਨੂੰ ਵਿਸ਼ਵੀਕਰਨ ਦੇ ਅਗਲੇ ਪੜਾਅ ਦੇ ਰੂਪ ਵਿੱਚ ਦੇਖਣ ਦੀ ਲੋੜ ਹੈ। ਮੈਨੂੰ ਇਹ ਗੱਲ ਕਹਿਣ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਸਿੱਖ ਸਮਾਜ ਜੋ ਪਹਿਲਾਂ ਨਹੀਂ ਤਾਂ ਸ਼ਾਇਦ ਉਹਨਾਂ ਮੋਢੀ ਭਾਈਚਾਰਿਆਂ ਵਿੱਚੋਂ ਇੱਕ ਜ਼ਰੂਰ ਹੈ ਜੋ ਵਿਸ਼ਵੀਕਰਨ ਦੇ ਮਾਰਗ ਉੱਪਰ ਤੇਜ਼ੀ ਨਾਲ ਅੱਗੇ ਵੱਧ ਰਿਹਾ। ਗੁਰਦੁਆਰਾ ਸਾਹਿਬਾਨ ਵਿਸ਼ਵੀਕਰਨ ਦੀ ਮੁੱਢਲੀ ਇਕਾਈ ਹੈ। ਇਹਨਾਂ ਗੁਰਦੁਆਰਿਆਂ ਦੀ ਇਸੇ ਭਾਵਨਾ ਵਾਲੀ ਵਿਕਾਸਮਈ ਨੈੱਟਵਰਕਿੰਗ ਹੀ ਸਿੱਖ ਪੰਥ ਦਾ ਭਵਿੱਖਮਈ ਵਿਕਾਸ ਕਰ ਸਕਦੀ ਹੈ। ਗੁਰਸਵਾਰੀਓ, ਮੈਂ ਇਹ ਵਿਚਾਰ ਫਿਰ ਦੁਹਰਾ ਦਿਆਂ ਕਿ ਜੇ ਵਿਸ਼ਵ ਪੱਧਰੀ ਸਿਆਸਤ ਦਾ ਅਰਥ ਵਿਸ਼ਵ ਪੱਧਰੀ ਸਰਕਾਰ ਨਹੀਂ ਤਾਂ ਫਿਰ ਕੌਮੀ ਸਰਕਾਰਾਂ ਨੂੰ ਬਿਨਾਂ ਕੁਝ ਕੁ ਧਿਰਾਂ ਦੀ ਸਰਦਾਰੀ ਜਾਂ ਚੌਧਰ ਦੇ ਕਿਵੇਂ ਵਿਸ਼ਵ ਪੱਧਰੀ ਕੀਤਾ ਜਾ ਸਕਦਾ ਹੈ? ਤਾਂ ਇਸ ਦਾ ਜਵਾਬ ਇਹ ਹੈ ਕਿ ਜਿਵੇਂ ਸਿੱਖ ਸਮਾਜ ਦੇ ਸੰਦਰਭ ਵਿੱਚ ਗੁਰਦੁਆਰੇ ਵਿਸ਼ਵੀਕਰਨ ਦੇ ਅਮਲ ਨੂੰ ਅੱਗੇ ਵਧਾ ਰਹੇ ਹੈ ਅਤੇ ਸਿੱਖ ਭਾਈਚਾਰਾ ਇੱਕ ਪਾਸੇ ਤਾਂ ਬਿਨਾਂ ਕਿਸੇ ਸੰਕੋਚ ਦੇ ਆਪਣੀ ਮਾਤ ਭੂਮੀ ਕਰਮ ਭੂਮੀ ਦੋਨਾਂ ਦੀ ਸਿਆਸਤ ਵਿੱਚ ਇੱਕੋ ਜਿਹਾ ਭਾਈਵਾਲ ਬਣ ਰਿਹਾ, ਉਵੇਂ ਹੀ ਦੂਜੇ ਪਾਸੇ ਵਿਸ਼ਵ ਸ਼ਾਂਤੀ, ਸੰਸਾਰ ਪੱਧਰੀ, ਵਾਤਾਵਰਨ ਵਿਗਿਆਨ, ਵਿਸ਼ਵ ਆਰਥਿਕਤਾ ਅਤੇ ਵਿਸ਼ਵ ਵਿਗਿਆਨ ਨੂੰ ਅੱਗੇ ਵਧਾਉਣ ਲਈ ਵਿਸ਼ਵ ਪੱਧਰੀ ਸਿਆਸਤ ਵਾਸਤੇ ਰਾਹ ਪੱਧਰਾ ਕਰਨ ਲਈ ਮੁੱਢਲਾ ਰੋਲ ਵੀ ਸਿੱਖ ਭਾਈਚਾਰਾ ਨਿਭਾ ਰਿਹਾ। ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਤਿਕਾਰਯੋਗ ਸਵਰਗਵਾਸੀ ਭਗਤ ਪੂਰਨ ਸਿੰਘ ਜੀ ਵਰਗੀਆਂ ਰੂਹਾਂ ਤੋਂ ਸ਼ੁਰੂ ਹੋ ਕੇ ਬਹੁਤ ਸਾਰੇ ਕਾਰਜ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਰੰਭੇ, ਜਿਹੜੇ ਸਾਬਕਾ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅਜੋਕੇ ਦੌਰ ਦੇ ਵਿੱਚ, ਬਾਬਾ ਬਲਵੀਰ ਸਿੰਘ ਜੀ ਸੀਚੇਵਾਲ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਈਕੋ ਸਿੱਖ, ਖਾਲਸਾ ਏਡ, ਹੋਰ ਬਹੁਤ ਸਾਰੀਆਂ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਵਾਤਾਵਰਨ ਦੇ ਸੁਧਾਰ ਜਾਂ ਮਨੁੱਖੀ ਭਲਾਈ ਲਈ ਉਪਰਾਲਿਆਂ ਰਾਹੀਂ ਹਾਲੇ ਵੀ ਗੁਰੂ ਪੰਥ ਨੇ ਦੇ ਕਾਰਜ ਕਰ ਰਹੀਆਂ ਨੇ, ਭਾਵੇਂ ਮੁੱਢਲੇ ਕਦਮੇ ਚੁੱਕੇ ਆ, ਪਰ ਅਸੀਂ ਇਹ ਵੀ ਨਿਰਸੰਕੋਚ ਐਲਾਨ ਕਰ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਲੰਗਰ, ਸੇਵਾ, ਸੰਗਤ ਪੰਗਤ, ਵੰਡ ਛਕਣ ਵਾਲੇ ਸਿਧਾਂਤ ਵਿਸ਼ਵ ਪੱਧਰੀ ਸਿੱਖ ਸਮਾਜ ਨੂੰ ਇਸ ਦਿਸ਼ਾ ਵਿੱਚ ਤੋਰ ਲੈਣਗੇ। ਸੋ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਗੁਰਦੁਆਰਿਆਂ ਨਾਲ ਜੁੜੀ ਸਿੱਖ ਸੰਗਤ ਅਤੇ ਉਸ ਦੀਆਂ ਪਰੰਪਰਾਵਾਂ ਕੋਈ ਇੱਕ ਜਾਤੀ ਸਮੂਹ ਨਹੀਂ ਹਨ, ਉਹ ਤਾਂ ਵਿਸ਼ਵ ਭਰ ਵਿੱਚ ਫੈਲੇ ਹੋਏ ਗੁਰਦੁਆਰਾ ਸਾਹਿਬਾਨ ਅਤੇ ਉਹਨਾਂ ਦੀ ਵੰਨ ਸੁਵੰਨੀ ਸਿੱਖ ਸੰਗਤ ਦੇ ਵਿਸ਼ਵ ਵਿਆਪੀ ਨੈੱਟਵਰਕ ਦੀਆਂ ਕੜੀਆਂ ਨੇ। ਇਸ ਸਿੱਖ ਜਗਤ ਦੇ ਕਈ ਰੂਪ ਹਨ, ਅੰਮ੍ਰਿਤਧਾਰੀ ਹੈ, ਨਾਨਕ ਨਾਮ ਲੇਵਾ ਸਿੱਖ ਸੰਗਤ ਹੈ, ਹੋਰ ਅਨੇਕਾਂ ਸਿੱਖ ਸੰਪਰਦਾ ਤੋਂ ਇਲਾਵਾ ਜਥੇਬੰਦੀਆਂ ਨੇ, ਪੰਜਾਬੀ ਭਾਈਚਾਰਾ, ਜਿਸ ਬਾਰੇ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ ਸਾਰੇ ਸਿੱਖ ਹੈ। ਉਹਨਾਂ ਵਰਗੇ ਸਿੱਖ ਵਿਦਵਾਨਾਂ ਦੇ ਇਹ ਵਿਚਾਰ ਇਹ ਸੁੰਦਰ ਧਾਰਨਾ ਬਣਾਉਂਦੇ ਹਨ ਕਿ ਹਰ ਉਹ ਵਿਅਕਤੀ ਜਿਹੜਾ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ 'ਤੇ ਅਮਲ ਕਰਦਾ, ਆਪਣੇ ਨਿੱਜ ਤੋਂ ਪਾਰ ਜਾ ਕੇ ਸਰਬੱਤ ਦਾ ਭਲਾ ਚਾਹੁੰਦਾ ਹੈ, ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਗੁਰੂ ਸਵਾਰਿਓ, ਅੱਜ ਮੈਂ ਫਿਰ ਆਪ ਜੀ ਨੂੰ ਸਪੱਸ਼ਟ ਕਰਦਿਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਕੇਵਲ ਪੰਜਾਬ ਦਾ ਭਲਾ ਚਾਹੁਣ ਵਾਲੇ ਪੰਜਾਬੀ ਸਿੱਖਾਂ ਦਾ ਨਹੀਂ, ਭਾਰਤ ਦਾ ਭਲਾ ਚਾਹੁਣ ਵਾਲੇ ਭਾਰਤ ਦੇ ਸਿੱਖਾਂ ਦਾ ਨਹੀਂ, ਸਗੋਂ ਅਮਰੀਕਾ ਦਾ ਭਲਾ ਚਾਹੁਣ ਵਾਲੇ ਅਮਰੀਕਨ ਸਿੱਖਾਂ ਦਾ, ਪੰਜਾਬ ਕੈਨੇਡਾ ਦੋਨਾਂ ਦਾ ਭਲਾ ਚਾਹੁਣ ਵਾਲੇ ਕੈਨੇਡੀਅਨ ਸਿੱਖਾਂ ਦਾ, ਪਾਕਿਸਤਾਨੀ ਸਿੱਖਾਂ ਦਾ,
ਸਾਰੇ ਵੱਖ ਵੱਖ ਸੂਬਿਆਂ ਮੁਲਕਾਂ ਸੱਭਿਆਚਾਰਿਆਂ ਭਾਈਚਾਰਿਆਂ ਵਿੱਚ ਵਸਦੇ ਪੰਜਾਬੀਆਂ ਗੈਰ ਪੰਜਾਬੀਆਂ ਸਭ ਦੀ ਇੱਕੋ ਜਿਹੀ ਨੁਮਾਇੰਦਗੀ ਕਰਦਾ ਹੈ ਮੇਰੀ ਪੀੜ੍ਹੀ ਦੇ ਬਖਸ਼ਣ ਹਾਰੇ ਸਤਿਗੁਰੂ ਦਾ ਇਹ ਤਖ਼ਤ ਦੂਸਰੇ ਧਰਮਾਂ ਦੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਨਾਲ ਨਾਲ ਸਿੱਖ ਧਰਮ ਸਿੱਖ ਸੱਭਿਆਚਾਰ ਸਿੱਖ ਇਤਿਹਾਸ ਸਿੱਖ ਸਿਆਸਤ ਅਤੇ ਸਿੱਖ ਚਿੰਤਨ ਉੱਪਰ ਕੰਮ ਕਰਨ ਵਾਲੇ ਦੂਜੇ ਧਰਮ ਦੇ ਵਿਦਵਾਨਾਂ ਸਾਹਿਤਕਾਰਾਂ ਕਲਾਕਾਰਾਂ ਆਦਿ ਨੂੰ ਵੀ ਆਪਣੇ ਤੋਂ ਦੂਰ ਨਹੀਂ ਦੇਖਦਾ ਗੱਲ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦਾ ਭਲਾ ਚਾਹੁਣ ਵਾਲੇ ਦੁਨੀਆ ਭਰ ਦੇ ਵਿੱਚ ਫੈਲੇ ਸਮੁੱਚੇ ਨਾਨਕ ਨਾਮ ਲੇਵਾ ਸਿੱਖ ਸੰਗਤ ਦੀ ਗੁਰੂ ਖਾਲਸਾ ਪੰਥ ਦੀ ਤਰਜਮਾਨੀ ਕਰਦਾ ਹੈ ਸੋ ਇਸੇ ਭਾਵਨਾ ਅਧੀਨ ਸਭ ਤੋਂ ਪਹਿਲਾਂ ਸੰਸਾਰ ਭਰ ਵਿੱਚ ਜੋ ਵੀ ਮਾਈ ਭਾਈ ਨਿੱਜੀ ਜਾਂ ਸੰਸਥਾਤਮਕ ਦੇ ਰੂਪ ਦੇ ਵਿੱਚ ਜਾਂ ਜੋ ਵੀ ਜਿਵੇਂ ਸੇਵਾ ਲੰਗਰ ਇਲਾਜ ਦਵਾਈਆਂ ਜਾਂ ਮਾਇਕ ਜਾਂ ਤਨ ਮਨ ਦੇ ਨਾਲ ਸੇਵਾ ਨਿਭਾ ਰਿਹਾ ਮੈਂ ਉਸ 'ਤੇ ਮਾਣ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਇਸ ਸੇਵਾ ਨੂੰ ਹੋਰ ਅੱਗੇ ਤੋਰਨ ਲਈ ਕੋਈ ਸਾਰਥਕ ਸਰਬ ਸਾਂਝੇ ਅਤੇ ਸਮੁੱਚੀ ਲੋਕਾਈ ਲਈ ਲਾਹੇਵੰਦ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਕਾਰਜਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਜੁਗਤ ਦੇ ਆਧਾਰਿਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੇਠ ਆਰੰਭ ਕਰਨ ਦੀ ਇੱਛਾ ਸੋ ਗੁਰੂ ਪਿਤਾ ਜੀ ਦੀ ਬਖਸ਼ਿਸ਼ ਦੇ ਨਾਲ ਜਲਦੀ ਹੀ ਕੁਝ ਸੰਸਥਾਤਮਕ ਸਰਗਰਮੀਆਂ ਦੀ ਸ਼ੁਰੂਆਤ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਜਾ ਰਹੇ ਹਾਂ ਜਿਸ ਦੀ ਜਾਣਕਾਰੀ ਕੁਝ ਦਿਨਾਂ ਦੇ ਵਿੱਚ ਆਪ ਜੀ ਨਾਲ ਸਾਂਝੀ ਕਰਾਂਗੇ ਇਸ ਲਈ ਆਪ ਸਭ ਦੇ ਸਹਿਯੋਗ ਅਤੇ ਇੱਛਾਵਾਂ ਦੀ ਦਾਸ ਨੂੰ ਬਹੁਤ ਜਿਹੜਾ ਬਿਨਾਂ ਦੇਰੀ ਤੋਂ ਲੋੜ ਹੈ ਗੁਰੂ ਪਿਆਰਿਓ ਸਮਾਂ ਤਾਂ ਕਿਸੇ ਦੀ ਉਡੀਕ ਨਹੀਂ ਕਰਦਾ ਸਾਨੂੰ ਹੀ ਖਾਲਸਾ ਜੀ ਕੇ ਬੋਲਬਾਲੇ ਅਤੇ ਸਰਬੱਤ ਦੇ ਭਲੇ ਲਈ ਸਿਰ ਜੋੜਨ ਦੀ ਲੋੜ ਹੈ ਅਸੀਂ ਹੀ ਸਿੱਖਾਂ ਬਾਰੇ ਸੋਚਣਾ ਸਿੱਖ ਮਜ਼ਬੂਤ ਹੋਣਗੇ ਸਿੱਖ ਭਾਈਚਾਰਾ ਮਜ਼ਬੂਤ ਹੋਊਗਾ ਸਾਧਨ ਸੰਪੰਨ ਹੋਏਗਾ ਫਿਰ ਅਸੀਂ ਸਾਰੀ ਦੁਨੀਆ ਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਜਿਹੜੀ ਹੈ ਉਹ ਕਰ ਸਕਦੇ ਹਾਂ ਸਾਡਾ ਆਪਣਾ ਘਰ ਮਜ਼ਬੂਤ ਸਾਡਾ ਆਪਣੀ ਆਰਥਿਕਤਾ ਮਜ਼ਬੂਤ ਸਾਡਾ ਆਪਣਾ ਸਮਾਜਿਕ ਸਟੇਟਸ ਮਜ਼ਬੂਤ ਅਤੇ ਫਿਰ ਅਸੀਂ ਓਨੀ ਮਜ਼ਬੂਤੀ ਦੇ ਨਾਲ ਹੀ ਸਰਬੱਤ ਦੇ ਭਲੇ ਦੀ ਗੱਲ ਵੀ ਕਰਾਂਗੇ ਔਰ ਸਰਬੱਤ ਦੇ ਭਲੇ ਦੀ ਕਾਮਨਾ ਵੀ ਕਰਾਂਗੇ ਸਰਬੱਤ ਦੇ ਭਲੇ ਦੀ ਅਸੀਂ ਯਤਨਸ਼ੀਲ ਵੀ ਹੋਵਾਂਗੇ ਆਵੋ ਹਮੀਤ ਇਕੱਤਰ ਹੋਏ ਰਸ ਕਸ ਸਭ ਪੁੰਚਾ ਹੈ ਅੰਮ੍ਰਿਤ ਨਾਮ ਹਰ ਹਰ ਜਪ ਮਿਲ ਪਾਪਾਂ ਮੁੰਚਾ ਹੈ ਅਤੇ ਜਾਂ ਗੁਰਬਾਣੀ ਦਾ ਫਰਮਾਨ ਹੈ ਅਗਾਹਾਂ ਕੁਤਰਾਂਗ ਪਿੱਛਾ ਫਿਰ ਨਾ ਮੋਹੜੜਾ ਨਾਨਕ ਸਿੱਜ ਵਿਹਾਵਾਰ ਬਹੁੜ ਨਾ ਹੋਵੀ ਜਨਮੜਾ ਦੇ ਹੁਕਮਾਂ ਨੂੰ ਧਿਆਨ ਵਿੱਚ ਲਿਆਈਏ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ ਦੇ ਗੁਰੂ ਭਾਵਨ ਅਧੀਨ ਸਭ ਵੱਖਰੇਵੇਂ ਗਿਲੇ ਸ਼ਿਕਵੇ ਬਹਿਸ ਮਬਹਿਸੇ ਅਤੇ ਇੱਕ ਦੂਜੇ ਦੀਆਂ ਉਨਤਾਈਆਂ ਭੁੱਲ ਕੇ ਗੁਰੂ ਦਾ ਨਿਵਾਜਿਆ ਪਰਿਵਾਰ ਬਣ ਜਾਈਏ ਮੈਂ ਦੂਰ ਨੇੜੇ ਵਾਸਤੇ ਹਰ ਮਾਈ ਭਾਈ ਲਈ ਲੋੜਵੰਦ ਖੁਸ਼ੀਆਂ ਤੰਦਰੁਸਤੀਆਂ ਅਤੇ ਗੁਰੂ ਪਿਆਰ ਵਾਲੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਖਿਆ ਰਿਆਇਤ ਦੀ ਅਰਦਾਸ ਕਰਦਾ ਤਾਂ ਕਿ ਸਰਬੱਤ ਦੇ ਭਲੇ ਦਾ ਗੁਰੂ ਬਖਸ਼ਿਆ ਕਾਰਜ ਨਿਰੰਤਰ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਫ ਯੂ ਲਾਈਕ ਆਵਰ ਚੈਨਲ ਪਲੀਜ਼ ਸਬਸਕ੍ਰਾਈਬ ਐਂਡ ਟੂ ਗੈਟ ਨੋਟੀਫਿਕੇਸ਼ਨਸ ਅਬਾਊਟ ਨਿਊਜ਼ ਪਲੀਜ਼ ਕਲਿੱਕ ਦ ਬੈਲ ਆਈਕਨ